ਕਾਨੂੰਨ ਤੌਰ 'ਤੇ ਕਿਸੇ ਵੀ ਇਤਿਹਾਸਿਕ ਇਮਾਰਤ ਵਿੱਚ ਇੱਕ ਕਿੱਲ ਤੱਕ ਠੋਕਣਾ ਵੀ ਜੁਰਮ ਹੈ। ਤਰਨ ਤਾਰਨ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਸਿੱਖ ਰਾਜ ਦੀ ਨਿਸ਼ਾਨੀ ਲਗਭਗ 200 ਸਾਲ ਪੁਰਾਣੀ ਦਰਸ਼ਨੀ ਜੋੜੀ ਨੂੰ ਮੁਰੰਮਤ ਦੇ ਨਾਮ 'ਤੇ ਢਾਹੇ ਜਾਣ ਦੇ ਕਾਰਜ ਨੂੰ ਸਿੱਖ ਸੰਗਤਾਂ ਵੱਲੋਂ ਪਿਛਲੇ ਸਾਲ ਰੋਕ ਲਿਆ ਗਿਆ ਸੀ, ਪਰ ਹੁਣ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਜੀ ਸੇਵਾਦਾਰਾਂ ਵੱਲੋਂ ਰਾਤ ਨੂੰ 12 ਵਜੇ ਲਗਭਗ 400-500 ਬੰਦਿਆਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਦੇ ਦਰਸ਼ਨੀ ਦੌੜੇ ਨੂੰ ਢਾਹ ਦਿੱਤਾ ਗਿਆ ਹੈ। ਕਾਰ ਸੇਵਾ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਨਾਲ ਕੀਤਾ ਗਿਆ ਹੈ। ਦੂਜੇ ਪਾਸੇ ਸਿੱਖ ਹਲਕਿਆਂ ਵਿੱਚ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕਾਰ ਸੇਵਾ ਵਾਲੇ ਬਾਬੇ ਆਖਿਰ ਕਿਉਂ ਇਤਿਹਾਸਿਕ ਇਮਾਰਤਾਂ ਨੂੰ ਢਾਹ ਕੇ ਸੰਗਮਰਮਰ ਲਗਾਉਣ ਦੇ ਉੱਤੇ ਲੱਗੇ ਹੋਏ ਹਨ? ਕੀ ਇਸ ਨੂੰ ਸੇਵਾ ਕਿਹਾ ਜਾ ਸਕਦਾ ਹੈ? ਦੁਨੀਆਂ ਦੇ ਧਰਮਾਂ ਦੇ ਲੋਕ ਆਪੋ ਆਪਣੀਆਂ ਇਤਿਹਾਸਿਕ ਇਮਾਰਤਾਂ ਨੂੰ ਸਾਂਭਣ ਲਈ ਵੱਡੇ ਵੱਡੇ ਖਰਚ ਕਰਦੀਆਂ ਹਨ, ਪਰ ਸਿੱਖ ਧਰਮ ਦੇ ਬਾਬੇ ਕਿਉਂ ਇਤਿਹਾਸ ਮਿਟਾਉਣ ਲੱਗੇ ਹੋਏ ਹਨ? ਕੀ ਇਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਏਗਾ, ਜਾਂ ਫਿਰ ਕਾਰ ਸੇਵਾ ਵਾਲੇ ਬਾਬੇ ਇਸੇ ਤਰ੍ਹਾਂ ਹੀ ਇਤਿਹਾਸਿਕ ਇਮਾਰਤਾਂ ਤਬਾਹ ਕਰਦੇ ਰਹਿਣਗੇ? ਤਪਦਾ ਸੱਚ ਨਿਊਜ਼ ਤੋਂ ਮੈਂ